ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਅਤੇ ਮੇਰੇ ਨਾਲ ਨੇ ਸਰਦਾਰ ਨਰਿੰਦਰ ਪਾਲ ਸਿੰਘ। ਸਰਦਾਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 3 ਸਾਲ ਹੋ ਗਏ। ਬਿਲਕੁਲ ਠੀਕ ਹੈ। ਔਰ ਉਮਰ ਸੀ ਉਹਨਾਂ ਦੀ 75 ਦੀ ਸੀ, ਅਤੇ ਸੀਟਾਂ 77 ਲੈ ਕੇ ਆਏ ਜੀ, ਅਤੇ ਅੱਜ ਉਮਰ 77ੋਂ ਲੰਘ ਗਈ ਜੀ, ਅਤੇ ਜਜ਼ਬਾ ਵੀ ਜਿਹੜਾ ਮਗਦਾ ਸੀ ਉਹ ਮੱਠਾ ਪੈ ਗਿਆ, ਠੰਡਾ ਪੈ ਗਿਆ, ਜੱਖ ਹੋ ਗਿਆ। ਬਿਲਕੁਲ ਠੀਕ ਹੈ। ਸਮਾਂ ਤੁਰਦਾ, ਕੈਪਟਨ ਅਮਰਿੰਦਰ ਸਿੰਘ ਪਛਾਣ ਨੂੰ ਤੁਰਦੇ ਜੀ, ਜਿੰਨੇ ਪੰਜਾਬੀਆਂ ਨੇ ਇੱਛਾ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਜੀ, ਜਿੰਨੀ ਆਸ ਬੰਨੀ ਕਿ ਇਹ ਬੰਦਾ 2002 ਤੋਂ 2007 ਵਾਲਾ ਅਮਰਿੰਦਰ ਸੋਹਣ ਜੀ, ਕਦੇ ਖੂੰਡਾ ਖੜਕਦਾ ਰਿਹਾ ਅਤੇ ਕਦੇ ਪੰਜਾਬੀਆਂ ਲਈ ਉਹਨੇ ਆਪਣੀ ਜਿਹੜੀ ਹਾਈ ਕਮਾਂਡ ਉਹਦੇ ਨਾਲ ਯੁੱਧ ਲੜਿਆ। ਪੰਜਾਬੀ ਸਮਝਦੇ ਸੀ ਕਿ ਸਾਡੇ ਸੁਭਾਅ ਦਾ ਲਖਾਇਕ ਹੈ, ਸਾਡਾ ਤਰਜਮਾਨ ਹੈ। ਇਸ ਵਾਰੀ ਕੀ ਹੋ ਗਿਆ ਕਿ 3 ਸਾਲਾਂ ਦੇ ਵਿੱਚ ਕੋਈ ਐਨਰਜੀ ਨਹੀਂ ਬਚੀ ਦੱਸਦੀ ਜੀ? ਉਹ ਪਾਤਰ ਦੀਆਂ 17 ਨੇ ਕਹਿੰਦੇ ਨਾ, ਹੁਣ 3 ਸਾਲ ਹੋ ਗਏ, ਕੀ ਫਰਕ ਪੈਂਦਾ? ਉਹ ਕਹਿੰਦੇ ਵੀ ਖੂਬ ਨੇ ਇਹ ਝਾਂਜਰਾਂ, ਸਰਕਾਰ ਤਾਂ ਬਣਾ ਲਈ ਜੀ, ਖੂਬ ਨੇ ਇਹ ਝਾਂਜਰਾਂ, ਪਰ ਕੋਈ ਚਾ ਵੀ ਤਾਂ ਦੇ ਨੱਚਣ ਲਈ। ਇੱਥੇ ਆਏ ਸਭ ਲਿਸ਼ਕਣ ਅਤੇ ਗਰਜਣ ਲਈ, ਇੱਥੇ ਕੋਈ ਨਾ ਆਇਆ ਵਰਸਣ ਲਈ। ਹੁਣ ਸਵਾਲ ਇਹ ਹੈ ਕਿ ਪੰਜਾਬੀਆਂ ਨੂੰ ਤੁਸੀਂ ਝਾਂਜਰ ਤਾਂ ਦਿਖਾ ਲੈਂਦੇ ਹੋ, ਚਾ ਲੁਕਾ ਲੈਂਦੇ ਹੋ, ਸਾਨੂੰ ਦੱਸੋ ਨਾ ਕਿ ਸੂਬਾ ਮਰਦਾ ਸੀ ਨਸ਼ੇ ਨਾਲ, ਤੁਸੀਂ ਕਿਹਾ ਆਹ ਗੁਟਕਾ ਸਾਹਿਬ ਮੱਥੇ ਨੂੰ ਲਾ ਲਿਆ ਅਤੇ ਪੰਜਾਬੀਆਂ ਨੇ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ, ਕਿ ਜਿਹੜਾ ਸਾਡੇ ਇਸ਼ਟ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਆਖਦਾ ਹੈ ਕਿ ਤੁਹਾਡੀ ਫਸੀ ਦਾ ਮੈਂ ਰਾਹ ਦਿਓ, ਅਤੇ ਉਹਦੇ ਨਾਲ ਹੋ ਤੁਰੇ। 77 ਸੀਟਾਂ ਘੱਟ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਆਮ ਤੌਰ 'ਤੇ, ਇੰਨਾ ਜਿਹਨੂੰ ਤੀਖਣ ਬਹੁਮਤ ਕਦੇ ਮਿਲਦਾ ਨਹੀਂ। ਪੰਜਾਬੀ ਵੰਡ ਕੇ ਤੁਰਦੇ ਆ, ਸਾਡੀ ਇੱਥੇ ਵੋਟ ਅਕਸਰ ਵੰਡੀ ਜਾਂਦੀ ਹੈ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਰੀਕ ਸੀ, ਜਿਨ੍ਹਾਂ ਨਾਲ ਸਦਾ 36 ਦਾ ਅੰਕੜਾ ਰਿਹਾ, ਜਿਹੜੇ ਅੱਜ ਕੱਲ੍ਹ ਨੇੜੇ ਨੇੜੇ ਸੁਣੀਦੇ, ਉਹ ਕਦੇ ਇਹਨਾਂ ਨੂੰ ਇੰਨੀ ਬਹੁਮਤ ਤੱਕ ਪਹੁੰਚਣ ਹੀ ਨਹੀਂ ਸੀ ਦਿੰਦੇ। ਉਹ 15 ਤੇ ਲੋਕਾਂ ਲਿਆ ਤੇ, ਕਿਉਂਕਿ ਲੋਕਾਂ ਉਹਨਾਂ ਨੂੰ ਪਰਖ ਲਿਆ ਸੀ, ਲੇਕਿਨ ਪਰਖ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਖਰੇ ਉਤਰਦੇ ਨਜ਼ਰ ਨਹੀਂ ਆਉਂਦੇ। ਹਾਲਾਂ 2 ਸਾਲ ਬਾਕੀ ਆ, ਪੰਜਾਬ ਦੇ ਲੋਕ ਸਮਝਦੇ ਆ ਕਿ ਕੈਪਟਨ ਸਾਹਿਬ 2 ਸਾਲ ਖਰਾਬ ਨਾ ਕਰੋ, ਅਜੇ ਵੀ ਅੰਦਰੋਂ ਉਹੀ ਭੁੱਬ ਨਾਲ ਨਿਕਲੋ, ਅਤੇ ਜੇ ਕੁਝ ਕਰ ਸਕਦੇ ਹੋ ਤਾਂ ਕਰੋ। ਕਿੰਨੇ ਕੁ ਸਾਲ ਅਜਾਈ ਜਾਣ ਦਿਆਂਗੇ, ਕਿੰਨੇ ਕੁ ਰਾਹ ਨਵੇਂ ਵਿਖਾਉਣੇ, ਜੇ ਸਾਨੂੰ ਇੱਕ ਉਸ ਕਸਮ ਦੀ ਕੋਈ ਲਾਜ ਰੱਖੋ, ਪੰਜਾਬੀਆਂ ਦੀ ਉਸ ਜਜ਼ਬੇ ਨੂੰ ਇੱਜ਼ਤ ਦਿਓ ਜਿਹਦੇ ਨਾਲ ਤੁਹਾਡੀ ਸਰਕਾਰ ਹੋਂਦ ਚਾਹੀ, ਜਿਹਦੇ ਨਾਲ ਅਕਾਲੀਆਂ ਨੂੰ ਧਰਾਤਲ 'ਤੇ ਜ਼ਮੀਨ ਦਿਖਾਈ, ਅਕਾਲੀਆਂ ਨੂੰ ਸ਼ੀਸ਼ਾ ਦਿਖਾਇਆ, ਜਿਹੜੇ ਅਕਾਲੀ ਬਾਦਲ ਕਿਆਂ 'ਚ ਗਿਣੇ ਜਾਂਦੇ ਸੀ। ਸੋ ਅਹਿਮ ਸਵਾਲ ਨੇ ਕਿ ਆਖਰ ਕਿਵੇਂ ਇਹ ਸਿਰੇ ਚੜ੍ਹਦੀ ਹੈ ਸਰਕਾਰ, ਅਤੇ ਕਿਵੇਂ ਮੂਧੇ ਮੂੰਹ ਡਿੱਗਦੀ ਆ 3 ਸਾਲਾਂ ਬਾਅਦ। ਤੁਸੀਂ ਵੀ ਕੁਝ ਨਾ ਕੁਝ ਤਾਂ ਖਿਆਲ ਰੱਖਦੇ ਹੋਵੋਗੇ। ਦੇਖੋ, ਗੱਲ ਇਹ ਆ ਕਿ ਪਹਿਲੀ ਗੱਲ ਤਾਂ ਇਹ ਮੰਨਣੀ ਹੈ ਪੈਣੀ ਆ ਤੁਹਾਨੂੰ ਜੀ, ਕਿ ਇਹ ਪਹਿਲੀ ਵਾਰ ਸੀ ਜੀ ਕਿ ਤੁਹਾਡੇ ਜਜ਼ਬਾਤਾਂ ਤੋਂ ਇਹ ਸਰਕਾਰ ਬਣੀ ਹੈ ਜੀ। ਜੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੀ ਹੁੰਦੀ ਬੇਅਦਬੀ ਦੀ ਜੀ, ਤਾਂ ਫਿਰ ਕਿਸੇ ਨੇ ਇਹਨਾਂ ਨੂੰ ਰਾਹ ਨਹੀਂ ਸੀ ਦੇਣਾ। ਬਿਲਕੁਲ ਠੀਕ ਹੈ। ਜਿੱਥੋਂ ਤੱਕ ਸਵਾਲ ਨਸ਼ਿਆਂ ਦਾ ਸੀ ਜੀ, ਉਹਦੇ ਬਾਦਲਾਂ ਨੇ ਵੀ ਦਾਅਵੇਦਾਰ ਦਾਅਵੇ ਕਰੀ ਜਾਣੇ ਸੀ ਕਿ ਅਸੀਂ ਠੱਪ ਰਹੇ ਹਾਂ, ਅਸੀਂ ਰੱਖ ਰਹੇ ਹਾਂ, ਅਸੀਂ ਕਰ ਰਹੇ ਹਾਂ। ਜਦੋਂ ਵੀ ਕੋਈ ਸੱਤਾ 'ਚ ਆਉਂਦਾ, ਉਹਦੇ ਕੋਲ ਇੰਨਾ ਕੁ ਖਲਾਰਾ ਹੁੰਦਾ, ਆਪਣੇ ਪਸਾਰਾ ਹੁੰਦਾ ਮੀਡੀਆ ਦਾ, ਉਹਦੇ ਹੱਥ ਇੰਨੇ ਕੁ ਲੰਬੇ ਹੁੰਦੇ ਨੇ ਕਿ ਉਹ ਚੰਗੇ ਭਲੇ ਝੂਠ ਨੂੰ ਬੜਾ ਫੈਲਾ ਕੇ ਸੱਚ ਵਾਂਗੂ ਪੇਸ਼ ਕਰਦਾ ਜੀ। ਅੰਕੜੇ ਕਦੇ ਤੁਸੀਂ ਗਿਣ ਹੀ ਨਹੀਂ ਸਕਦੇ। ਔਰ ਰਹੀ ਗੱਲ ਜਦੋਂ ਇੱਕ ਵਾਰੀ ਸੱਤਾ ਆ ਗਈ, ਤਾਂ ਫਿਰ ਉਹ ਕਹਿੰਦੇ ਨਾ ਕਿ ਤੂੰ ਕੌਣ, ਖਾਮ ਖਾ। ਹੁਣ ਗੱਲ ਹੈ ਖਾਮ ਖਾ ਵਾਲੀ, 77 ਤੋਂ 78 ਤੇ ਹੋ ਗਏ, ਲੇਕਿਨ ਉਹਨਾਂ 78 ਦੇ ਵਿੱਚ ਜਿਹੜੀਆਂ ਧਿਰਾਂ ਬਣੀਆਂ ਨੇ, ਅਜੇ ਤੱਕ ਤਾਂ ਇਹਨਾਂ ਦੀਆਂ ਆਪਣੀਆਂ ਧਿਰਾਂ ਦੀ ਤਸੱਲੀ ਨਹੀਂ ਹੋਈ, ਇਹਨਾਂ ਨੇ ਸੂਬੇ ਦੀ ਤਸੱਲੀ ਕੀ ਕਰਾਉਣੀ ਆ। ਸਵਾਲ ਠੀਕ ਉਠਾਇਆ ਤੁਸੀਂ। ਇੱਕ ਦਿਨ, ਕੁਝ ਦਿਨ ਪਹਿਲਾਂ ਤੁਹਾਡੇ ਸਾਹਮਣੇ ਸੀ, ਧਰਨਾ ਦੇ ਰਹੇ ਸੀ, ਪੁਲਿਸ ਨੇ ਡਾਂਗਾਂ ਨਾਲ ਕੁੱਟੇ, ਬੇਰੁਜ਼ਗਾਰਾਂ ਨੇ ਦਰਿਆ 'ਚ ਨਹਿਰ 'ਚ ਛਾਲ ਮਾਰ ਦਿੱਤੀ। ਅੱਜ ਉਹਨਾਂ ਦੇ ਨਾਲ ਜਿਹੜੇ ਸੈਕਟਰੀ ਨੇ ਕੋਈ ਐਜੂਕੇਸ਼ਨ ਦੇ ਜੀ, ਉਹਨਾਂ ਨੇ ਮੀਟਿੰਗ ਕੀਤੀ ਹੈ। ਮੀਟਿੰਗ ਕਰਨ ਤੋਂ ਬਾਅਦ ਕੀ ਕਿਹਾ ਕਿ 16 ਨੂੰ ਸਰਕਾਰ ਜਿਹੜੀ ਹੈ ਬੜਾ ਵੱਡਾ ਐਲਾਨ ਕਰ ਸਕਦੀ ਹੈ ਜੀ। ਹੁਣ 16 ਨੂੰ ਕਿਉਂ ਐਲਾਨ ਕਰ ਸਕਦੀ ਹੈ? ਉਹ ਦਿਨ ਵਰੇਗੰਡ
कि 16 ਨੂੰ ਆਪਣੀ ਬਰੇ ਗੰਢ ਹੈ ਤੀਜੇ ਸਾਲ ਦੀ ਬਸ ਕਿ ਅਸੀਂ ਕੋਈ ਹੈਡਲਾਈਨ ਬਣਾਉਣ ਲਈ ਅਖਬਾਰ ਦੀ ਸੁਰਖੀ ਬਣਾਉਣ ਲਈ ਦਿਨ ਲੱਭ ਲਿਆ ਅਤੇ ਮਾਫ ਕਰਨਾ ਜੇ ਕਿਤੇ ਇਹ ਤਰੀਕ 16 ਮਾਰਚ ਨਾ ਹੁੰਦੀ ਤਾਂ ਫਿਰ ਅਜੇ ਬੇਰੁਜ਼ਗਾਰਾਂ ਨੇ 4 ਦਿਨ ਹੋਰ ਡਾਂਗਾ ਖਾਣੀਆਂ ਸੀ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਚੁੱਪ ਚੁਪੀਤੇ ਦਿਨ ਕੱਟਦੇ ਰਹਿੰਦੇ ਹਾਂ ਕਿ ਆਖਰ ਸਾਡੀ ਸੱਭਿਅਤਾ ਕਹਿੰਦੀ ਆ ਕਿ ਕੋਈ ਭਲੇ ਦਿਨ ਆਉਣਗੇ ਬਿਲਕੁਲ ਉਹ ਭਲੇ ਦਿਨ ਲੱਦ ਗਏ ਦੂਰ ਹੋ ਗਏ ਕਦੇ ਮੋਦੀ ਨੇ ਨਾਰਾ ਦਿੱਤਾ ਸੀਗਾ ਜੀ ਕਿ ਅੱਛੇ ਦਿਨ ਆਉਣੇ ਵਾਲੇ ਹੈ ਹਾਂ ਸਾਰਾ ਦੇਸ਼ ਆਪਣੇ ਆਪ ਨੂੰ ਲੁੱਟਿਆ ਖੁੱਟਿਆ ਮਹਿਸੂਸ ਕਰਦਾ ਸੀ ਜੀ ਅਗਲਿਆਂ ਹੌਲੀ ਜੀ ਅੱਛੇ ਦਿਨਾਂ ਦਾ ਨਾਰਾ ਜੇਬ 'ਚ ਪਾ ਲਿਆ ਅਤੇ ਨਵਾਂ ਨਾਰਾ ਦਿੱਤਾ ਕਿ ਤੁਹਾਡੀ ਪਛਾਣ ਕੀ ਹੈ ਤੁਸੀਂ ਹਿੰਦੂ ਹੋ ਸਿੱਖ ਹੋ ਮੁਸਲਮਾਨ ਹੋ ਈਸਾਈ ਹੋ ਜੀ ਅਤੇ ਫਿਰ ਉਹਦਾ ਧਰੁਵੀਕਰਨ ਕਰਕੇ ਵੋਟਾਂ ਲੈ ਲਈ ਜੇਬ 'ਚ ਪਾ ਲਈ ਜੀ ਕੀ ਪੰਜਾਬ ਦੇ ਵਿੱਚ ਜਿਹੜੇ ਆਪਣੇ ਸਾਡੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਅਸਲ ਪੰਜਾਬੀ ਹਾਂ ਅਲੰਬਰਦਾਰੀ ਰੱਖਦੇ ਹਾਂ ਉਹਨਾਂ ਤੋਂ ਵੱਡਾ ਕੋਈ ਦਾਅਵੇਦਾਰ ਨਹੀਂ ਕੈਪਟਨ ਅਮਰਿੰਦਰ ਸਿੰਘ ਵੀ ਇਤਿਹਾਸ ਫਰੋਲੀਏ ਅਤੇ ਉਹ ਜਦੋਂ ਜਦੋਂ ਵੀ ਅਸਤੀਫਾ ਦਿੰਦੇ ਆ ਔਖੇ ਸਮਿਆਂ 'ਚ ਉਦੋਂ ਕਹਿੰਦੇ ਆ ਕਿ ਮੈਂ ਅਲੰਬਰਦਾਰ ਹੈ ਜੀ ਮੈਂ ਰਿਪ੍ਰਜੈਂਟ ਕਰਦਾ ਹਾਂ ਪੰਜਾਬ ਨੂੰ ਮੈਂ ਤਰਜਮਾਨ ਹੈ ਮੈਂ ਪ੍ਰਤੀਨਿਧਾਂ ਅਤੇ ਮੈਂ ਰੋਸ ਵਜੋਂ ਅਸਤੀਫਾ ਦਿੰਦਾ ਪੰਜਾਬੀ ਮੰਨ ਲੈਂਦੇ ਆ ਕਿ ਸਾਡਾ ਆਪਣਾ ਹੈ ਬਿਲਕੁਲ ਇਹਨੂੰ ਦਰਦ ਹੈ ਤਕਲੀਫ ਹੈ ਹੁਣ ਅੱਜ ਜਦੋਂ ਤੁਹਾਡੇ ਹੱਥ ਵਿੱਚ ਡੋਰ ਆ ਇਸ ਲੁੱਟੇ ਨਪੀੜੇ ਪੰਜਾਬ ਦੀ ਅਤੇ 3 ਸਾਲ ਬੀਤ ਗਏ ਆ ਜੇ ਤੁਹਾਡੀ ਕੋਈ ਪ੍ਰਾਪਤੀ ਗਿਣਾਉਣੀ ਹੋਵੇ ਤਾਂ ਮੇਰੇ ਖਿਆਲ ਤੁਹਾਨੂੰ ਵੀ ਮੁਸ਼ਕਲ ਆਊਗੀ ਕੈਪਟਨ ਸਾਹਿਬ ਲੱਭਣਾ ਕਿ ਮੈਂ ਕਿਹੜੀ ਪ੍ਰਾਪਤੀ ਨਾਲ ਲੋਕਾਂ ਦੇ ਸਾਹਮਣੇ ਜਾਵਾਂ 3 ਸਾਲ ਦੀ ਪ੍ਰਾਪਤੀ ਤਾਂ ਇਹੋ ਹੀ ਆ ਜੀ ਕਿ ਜਿਹੜਾ 31,000 ਕਰੋੜ ਦਾ ਰੌਲਾ ਪਿਆ ਜੀ 3 ਸਾਲ ਬਾਅਦ ਇਸ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਸਿਰਫ ਇਹੋ ਹੀ ਦੱਸਿਆ ਕਿ ਇਹ ਹੋਇਆ ਕੀ ਆ ਬਸ 31,000 ਕਰੋੜ ਜਾਂਦੇ ਜਾਂਦੇ ਸਾਡੇ ਗਲ ਕਿਵੇਂ ਪਿਆ ਸਾਡੇ ਗਲ ਕਿਵੇਂ ਪਿਆ ਉਹ ਵੀ ਤਾਏ ਤੇ ਇਲਜ਼ਾਮ ਤਾਏ ਦੇ ਪੁੱਤ ਤੇ ਇਲਜ਼ਾਮ ਤੇ ਇਲਜ਼ਾਮ ਵੀ ਇਹ ਵੀ ਕਿ ਅਗਲੇ ਕਹਿੰਦੇ ਸੀ ਬਾਦਲ ਕੇ ਕਹਿੰਦੇ ਸੀਗੇ ਕਿ ਅਸੀਂ ਤੇ ਆਉਣਾ ਨਹੀਂ ਤੇ ਜਿਹੜਾ ਆਉਂਦਾ ਹੈ ਉਹਦਾ ਸਾਹ ਨਾ ਪੱਜੀਏ ਬਸ ਫਿਰ ਹੋਈ ਹੈ ਨਾ ਕਿ ਜਦੋਂ ਆ ਰਹੇ ਹੋ ਉਦੋਂ ਸਾਡੇ ਕੋਲ ਹਰ ਦੁੱਖ ਦਾ ਇਲਾਜ ਹੈਗਾ ਤੇ ਜਦੋਂ ਆ ਗਏ ਹੋ ਫਿਰ ਕਹਿੰਦੇ ਕਿ ਪਹਿਲਿਆਂ ਨੇ ਇਲਾਜ ਸਹੀ ਨਹੀਂ ਕੀਤਾ ਹੁਣ ਸਾਡੇ ਕੋਲ ਵੀ ਕਿੱਥੋਂ ਹੋਣਾ ਸਰ ਇਹ ਤੀਜੇ ਬਜਟ ਵਿੱਚ ਕਿਉਂ ਯਾਦ ਆਈ ਇੰਨੀ ਭਾਵਕ ਤਕਰੀਰ ਫਿਰ ਹੋਈ ਹੈ ਕੈਪਟਨ ਸਾਹਿਬ ਨੇ ਪੁੱਛਿਆ ਹੁਣ ਸਾਲਗਰਾ ਨੇੜੇ ਆ ਗਈ ਸੀ ਨਾ ਮਤਲਬ ਜੇਕਰ 31,000 ਕਰੋੜ 31,000 ਕਰੋੜ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਹਾਂ ਜਾਂ ਉਹ ਕਹਿੰਦੇ ਆ ਕਿ ਜਿੱਦਣ ਗਿਣਤੀ ਹੋਣੀ ਸੀ ਗਿਣਤੀ ਹੋ ਰਹੀ ਸੀ ਉਹ ਤੋਂ ਇੱਕ ਦਿਨ ਪਹਿਲਾਂ ਚੇਂਜ ਹੋਇਆ ਤੇ ਜਿਸ ਦਿਨ 16 ਨੂੰ ਸਹੁੰ ਚੁੱਕੀ ਗਈ ਸੀ ਮੇਰਾ ਖਿਆਲ ਹੈ ਕਿ ਵਿੱਤ ਮੰਤਰੀ ਸਭ ਤੋਂ ਪਹਿਲਾਂ ਆਪਣੇ ਖਜ਼ਾਨੇ ਦੀ ਹਾਲਤ ਵੇਖਦਾ ਆ ਕੇ ਜੇ ਉਹ ਸਿਆਣਾ ਹੈ ਤਾਂ ਨਹੀਂ ਅਫਸਰੀ ਦੱਸ ਦਿੰਦੇ ਹੋਰ ਗੱਲ ਕਹਿਣ ਦੇ ਤੇ ਸੱਜਰਾ 31,000 ਕਰੋੜ ਸਿਰ ਪਿਆ ਸੀ ਤੁਹਾਨੂੰ 3 ਸਾਲ ਕਿਉਂ ਲੱਗਦੇ ਲੰਘ ਗਏ ਫਾਈਲਾਂ ਫਰੋਲਦਿਆਂ ਤੁਸੀਂ ਤੇ ਕਹਿੰਦੇ ਹੋ ਮੈਂ ਰਾਤ ਸੌਂਦਿਆਂ ਵੀ ਕੰਮ ਕਰਦਾ ਤੁਸੀਂ ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਤੁਸੀਂ ਹਰ ਛੋਟੀ ਤੋਂ ਛੋਟੀ ਗੱਲ ਜਿਹੜੀ ਸੀ ਵਿਰੋਧੀ ਧਿਰ ਦੀ ਉਭਾਰੀ ਅਤੇ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਉਸ ਵੇਲੇ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਇਹ ਹੋਇਆ ਅਤੇ ਫਿਰ ਤੁਹਾਡੀ ਮਜਬੂਰੀ ਕੀ ਸੀ ਕਿ ਤੁਸੀਂ 3 ਸਾਲ ਬਾਅਦ ਬੋਲੇ ਇਕੱਲੇ ਇਸੇ ਮਾਮਲੇ 'ਚ ਨਹੀਂ ਸਰਦਾਰ ਸਾਹਿਬ ਬਿਜਲੀ ਦੇ ਸਮਝੌਤੇ ਹੋ ਜਾਂਦੇ ਆ ਜੀ ਕਿੰਨੇ ਸਾਲਾਂ ਦੇ ਹੋ ਜਾਂਦੇ ਆ ਬਿਲਕੁਲ ਥਰਮਲ ਪਲਾਂਟ ਲੱਗਦਿਆਂ ਵੀ ਸਾਲਾਂ ਦੇ ਸਾਲ ਲੱਗਦੇ ਆ ਬਿਲਕੁਲ ਕਿਹੜਾ ਛੋਟਾ ਜਿਹਾ ਪ੍ਰੋਜੈਕਟ ਸੀ ਅਤੇ ਫਿਰ ਉਹ ਚੱਲ ਪੈਂਦੇ ਆ ਜੀ ਅਤੇ ਕਈ ਸਾਲ ਉਹ ਬਿਜਲੀ ਵੀ ਦਿੰਦੇ ਆ ਮਹਿੰਗੀ ਮਹਿੰਗੀ ਖਰੀਦੀ ਵੀ ਜਾਂਦੀ ਤੁਹਾਡੀ ਸਰਕਾਰ 3 ਸਾਲ ਚੱਲ ਜਾਂਦੀ ਹੈ ਫਿਰ ਰੌਲਾ ਪੈਂਦਾ ਹੈ ਕਿ ਪੰਜਾਬੀਆਂ ਦੇ ਸਿਰ ਜਦੋਂ ਭਾਰ ਪੈਂਦਾ ਪੰਜਾਬੀ ਉੱਬਲਦੇ ਆ ਜੀ ਫਿਰ ਤੁਸੀਂ ਕਹਿੰਦੇ ਅਸੀਂ ਨਹੀਂ ਕੀਤਾ ਪਿਛਲੇ ਕਰਕੇ ਪਿਛਲੇ ਕਰਕੇ ਤੇ ਤੁਸੀਂ 3 ਸਾਲ ਕਿਉਂ ਸੋਤੇ ਰਹੇ ਮਤਲਬ ਫਿਰ ਉੱਥੇ ਆ ਗਏ ਨਾ ਕਿ ਜਦੋਂ ਸੌਦਾ ਹੋਇਆ ਜਦੋਂ ਬਿਜਲੀ ਮਹਿਕਮੇ ਦਾ ਨਿੱਜੀਕਰਨ ਕਰ ਦਿੱਤਾ ਗਿਆ ਵੇਚ ਦਿੱਤਾ ਗਿਆ ਤੁਸੀਂ ਉਦੋਂ ਵਿਰੋਧੀ ਧਿਰ 'ਚ ਵੀ ਨਹੀਂ ਸੀ ਹੈਗੇ ਇਹਦਾ ਮਤਲਬ ਤੁਸੀਂ ਉਦੋਂ ਦੜ ਵੱਟ ਕੇ ਗੁਜ਼ਾਰਾ ਕਰਨ ਡੇ ਸੀ ਤੁਹਾਨੂੰ ਲੱਗਦਾ ਸੀ ਕਿ ਲੋਕੀ ਤਾਂ ਮਰਦੇ ਪਏ ਆ ਸਰਕਾਰ ਦਾ ਵਿਰੋਧ ਕਰਕੇ ਡਾਂਗਾਂ ਦੇ ਖਾਂਦੇ ਗੋਲੀਆਂ ਵੀ ਖਾ ਰਹੇ ਆ ਕਿਤੇ ਸਾਨੂੰ ਨਾ ਵੱਜ ਜਾਵੇ ਨਹੀਂ ਅਸੀਂ ਨਾ ਜਿੱਦਾਂ ਸ਼ਹੀਦ ਬਣ ਜਾਈਏ ਸਰਦਾਰ ਸਾਹਿਬ ਇੱਥੇ ਤਾਂ ਇੱਕ ਸਮੱਸਿਆ ਖੜੀ ਹੋ ਗਈ ਜਿਹੜੀ ਬਹੁਤ ਵੱਡੀ ਹੈ ਕਿ ਵਿਰੋਧੀ ਧਿਰ ਦਾ ਕਨਸੈਪਟ ਹੀ ਖੁਰਦਾ ਜਾਂਦਾ ਖਤਮ ਹੋ ਗਿਆ ਮਤਲਬ ਕਹਿੰਦੇ ਹੁੰਦੇ ਸੀ ਕਿ ਸਰਕਾਰ ਉਦੋਂ ਵਧੀਆ ਚੱਲਦੀ ਹੈ ਜਦੋਂ ਵਿਰੋਧੀ ਤਗੜੇ ਹੋਣ ਜੀ ਅਤੇ ਜਦੋਂ ਵਿਰੋਧੀ ਜਿਹੜੇ ਆ ਉਹ ਸਿਰਫ ਸੱਤਾ 'ਚ ਆਉਣ ਲਈ ਤਰਲੋ ਮੱਛੀ ਹੋਣ ਅਤੇ ਫਿਰ ਉਹ ਆਪਣੀ ਹੋਂਦ ਹਸਤੀ ਬਚਾਉਣ ਲਈ ਕਿ ਹਾਂ ਮੈਂ MLA ਹੈਗਾ ਫਿਰ ਮਾਨਤਾ ਦਿਓ ਫਿਰ ਲੋਕਤੰਤਰੀ ਪ੍ਰਕਿਰਿਆ
ਬਿਲਕੁਲ ਮੂਦੇ ਮੂੰਹ ਡਿੱਗ ਪੈਂਦੀ ਹੈ, ਉਹਦੀ ਭਰੋਸੇਯੋਗਤਾ ਖਤਮ ਹੋ ਜਾਂਦੀ ਹੈ ਜਦੋਂ ਵਿਰੋਧੀ ਵਿਰੋਧ ਵਿੱਚ ਹੀ ਨਾ ਹੋਣ, ਵਿਰੋਧੀ ਸੁੱਤੇ ਰਹਿਣ, ਵਿਰੋਧੀ ਵਿਜਨਰ ਹੀ ਨਾ ਹੋਣ ਤੇ ਸਰਕਾਰ ਮਨਾਈਆਂ ਕਰਦੀ ਰਹੇ। ਇਹ ਹੌਲੀ ਹੌਲੀ ਸਾਰੀਆਂ ਧਿਰਾਂ ਨੇ ਅਪਣਾ ਲਿਆ ਕਿ ਜਿਹਦੀ ਸਰਕਾਰ ਆ ਉਹਨੇ ਤੇ ਐਵੇਂ ਹੀ ਕਰਨਾ। ਆਪਣੀ ਜਿਹੜੀ ਵਿਰੋਧ ਦੀ ਧਾਰਾ ਆ ਉਹਨੂੰ ਫੋਟੋ ਲਵਾਉਣ ਤੱਕ ਸੀਮਿਤ ਕਰ ਲੈਂਦੇ, ਸੁਰਖੀ ਬਣਾਉਣ ਤੱਕ ਸੀਮਿਤ ਕਰ ਲੈਂਦੇ। ਕੋਈ ਸੰਗਠਿਤ ਐਜੀਟੇਸ਼ਨ ਨਹੀਂ, ਕੋਈ ਸੰਗਠਿਤ ਵਿਰੋਧ ਨਹੀਂ, ਕੋਈ ਸੰਗਠਿਤ ਅੰਦੋਲਨ ਨਹੀਂ। ਪੰਜਾਬੀ ਅੱਜ ਬੜੇ ਉਦਾਸੇ ਨੇ। ਕੁਛ ਵੀ ਵਾਪਰ ਜਾਂਦਾ ਦੇਸ਼ ਪੱਧਰੀ, ਕੁਝ ਵੀ ਸਟੇਟ ਪੱਧਰੀ ਵਾਪਰ ਜਾਂਦਾ, ਇੱਕ ਧਿਰ ਜੁੱਤੀਆਂ ਖਾਈ ਜਾਂਦੀ, ਬਾਕੀ ਸਾਰੇ ਵੇਖੀ ਜਾਂਦੇ ਜਾਂ ਸੋਸ਼ਲ ਮੀਡੀਆ 'ਤੇ ਚੱਲੀ ਜਾਂਦਾ। ਦੂਸਰੀ ਗੱਲ ਦੇਖੋ, ਤੁਹਾਡੇ ਸਾਹਮਣੇ ਆ, ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ। ਵਿਰੋਧੀ ਧਿਰ ਨੂੰ 3 ਸਾਲ ਬਾਅਦ ਪਤਾ ਲੱਗਾ ਕਿ MLA ਜਿਹੜਾ ਆ ਉਹਦੀ ਹੈਸੀਅਤ ਚੀਫ ਸੈਕਟਰੀ ਪੰਜਾਬ ਨਾਲੋਂ ਘੱਟ ਨਹੀਂ ਹੈ ਜੀ। 3 ਸਾਲ ਬਾਅਦ ਯਾਦ ਆਇਆ ਕਿ ਸਾਨੂੰ ਤਾਂ ਕਮਰਾ ਨਹੀਂ ਮਿਲਿਆ ਪੰਜਾਬ ਭਵਨ 'ਚ ਉੱਥੇ। ਬਿਲਕੁਲ, ਮਾਫ਼ ਕਰਨਾ, ਤੁਸੀਂ ਜਦੋਂ ਵੋਟਾਂ ਲਈਆਂ ਨੇ, ਜਦੋਂ ਚੋਣਾਂ ਲੜੀਆਂ ਨੇ, ਜੇ ਤੁਹਾਡੇ ਕੋਲ ਦਿੱਲੀ ਦੇ ਹੋਟਲ ਦਾ ਕਿਰਾਇਆ ਵੀ ਨਹੀਂ ਸੀ ਹੈਗਾ ਦੇਣ ਜੋਗੀ ਥਾਂ, ਅਤੇ ਕਾਹਦੇ ਵਾਸਤੇ ਮਤਲਬ ਕਿ ਐਡੀ ਵੱਡੀ ਸਟੈਂਡ ਲੈ ਲਿਆ ਫਿਰ ਤੁਸੀਂ? ਨਹੀਂ ਤੇ ਦਿੱਲੀ ਕਰਨ ਕੀ ਜਾਂਦੇ ਹੋ? ਹਾਂ, ਦਿੱਲੀ ਲੈਣ ਕੀ ਜਾਂਦੇ ਹੋ? ਮੈਂ ਕਿਹਾ ਬੰਦਾ ਪੁੱਛੇ ਹਾਂ ਵੀ ਦਿੱਲੀ ਕਰਨ ਕੀ ਜਾਂਦੇ ਹੋ, ਕੀ ਲੈ ਕੇ ਆਏ ਹੋ ਹੁਣ ਤੱਕ, ਦਿੱਲੀਓਂ ਲਿਆਂਦਾ ਕੀ ਆ? ਕਿਹੜਾ MLA ਜਿਹੜਾ ਦਿੱਲੀ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਨੂੰ ਮਿਲਾ ਉਹਦਾ? ਉਹ ਨਹੀਂ, ਜੇ ਤੁਸੀਂ ਗਏ ਹੋ, ਹਾਂ ਜੇ ਗਏ ਹੋ ਤੁਸੀਂ ਕੇਜਰੀਵਾਲ ਦੇ ਸੱਦੇ ਦੇ, ਤੇ ਫਿਰ ਉਹ 4 ਦਿਨ ਤੁਹਾਨੂੰ ਰੱਖ ਵੀ ਲੈਂਦਾ ਮੁਫ਼ਤ 'ਚ, ਫਿਰ ਤੁਸੀਂ ਭਾਰ ਫਿਰ ਸੂਬੇ 'ਤੇ ਪਾ ਰਹੇ ਹੋ। ਜੇ ਇਹਨਾਂ ਪੰਜਾਬ ਭਵਨ 'ਚ ਠਹਿਰਨਾ ਤੇ ਉਹਦਾ ਬੋਝ ਜਿਹੜਾ ਆ ਉਹ ਫਿਰ ਪੰਜਾਬ ਦੇ ਲੋਕਾਂ 'ਤੇ ਪੈਣਾ ਆ। ਕਈ ਸੱਜਣ ਈਮੇਲ ਭੇਜਦੇ ਆ ਅਤੇ ਕਈ ਵਟਸਐਪ ਕਰਦੇ ਆ, ਜੇ ਸਵਾਲ ਇੱਕੋ ਹੀ ਹੁੰਦਾ, ਆਖਿਰ ਜਿਹੜੇ MLA 4-4, 5-5 ਵਾਰੀ ਦੀਆਂ ਪੈਨਸ਼ਨਾਂ ਲੈਂਦੇ ਤੁਸੀਂ ਉੱਥੇ ਨਹੀਂ ਬੋਲਦੇ? ਹਾਂ, ਮੈਂ ਕਿਹਾ ਬੋਲੀਏ ਕਿ ਬਿਲਕੁਲ ਲੋਕ ਸਾਨੂੰ ਕਟਹਿਰੇ ਖੜਾ ਕਰਦੇ ਨੇ, ਮਤਲਬ ਨਗਾਰਖਾਨੇ 'ਚ ਜਿੰਨੀ ਕੁ ਤੂਤੀ ਦੀ ਆਵਾਜ਼ ਹੁੰਦੀ ਓਨੀ ਤਾਂ ਅਸੀਂ ਕੱਢੀ ਜਾਂਦੇ। ਬਿਲਕੁਲ, ਇਹ ਗੱਲ ਸਰਦਾਰਾ ਸਿੰਘ ਜੌਹਲ ਉਠਾਉਂਦੇ, ਕੋਰਟ ਤੱਕ ਵੀ ਲੈ ਜਾਂਦੇ ਕਿ ਭਾਈ ਭਲਿਓ ਮਾਨਸੋ ਵੀ ਤੁਸੀਂ ਨਾਰਾ ਤਾਂ ਦਿੰਦੇ ਹੋ ਸੇਵਾ ਦਾ, ਹਾਂ, ਅਤੇ ਖੱਟੀ ਮੇਵਾ ਜਾਂਦੇ ਹੋ। ਮੈਂ ਕਿਹਾ ਜੀ ਸਭ ਤੋਂ ਜਿਹੜੇ ਮਤਲਬ ਕੌਮ ਨੂੰ ਜਿਹਨਾਂ ਨੇ ਕਹਿੰਦੇ ਕੌਮ ਨੂੰ ਸਾਰੀ ਜ਼ਿੰਦਗੀ ਦੇ ਦਿੱਤੀ ਪੰਜਾਬ ਨੂੰ, ਉਹ 7 ਪੈਨਸ਼ਨਾਂ ਲੈ ਰਹੇ ਨੇ ਅੱਜ, ਅਜੇ ਉਹਨਾਂ ਨੂੰ ਕਿਤੇ ਇੱਕ ਵਾਰੀ ਹੋਰ ਸਰਕਾਰ ਮਿਲਦੀ ਹੋਵੇ ਤੇ 8ਵੀਂ ਪੈਨਸ਼ਨ ਦੇ ਵੀ ਹੱਕਦਾਰ ਬਣ ਜਾਣ। ਤੇ ਸਰ ਕੀ ਗੱਲਾਂ ਕਰਦੇ ਹੋ, ਉਹਨਾਂ ਨੂੰ ਅਗਲੀ ਸਰਕਾਰ ਨਹੀਂ ਮਿਲਣੀ ਮਤਲਬ MLA ਵਾਲੀ? ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਸਰਕਾਰ ਆਉਂਦੀ, ਹਾਂ MLA ਬਣ ਕੇ ਤਾਂ ਵੀ ਤੇ ਮਿਲ ਜਾਣੀ ਪੈਨਸ਼ਨ, ਤੇ ਉਹਨਾਂ ਨੇ MLA ਤਾਂ ਬਣ ਜਾਣਾ ਕਿਉਂਕਿ ਹਲਕੇ ਉਹਨਾਂ ਦੇ ਹਰਦੇ ਹੀ ਨਹੀਂ। ਬਿਲਕੁਲ, ਸੋ ਕਾਰਨ ਇਹ ਆ ਕਿ ਜਦੋਂ ਤੁਸੀਂ 2 ਅਹਿਮ ਮੁੱਦੇ ਤੋਂ ਜਿਹੜੇ ਤੁਹਾਡੇ 31,000 ਕਰੋੜ ਵਾਲੇ ਔਰ 1 ਜਿਹੜਾ ਬਿਜਲੀ ਦਾ ਸਮਝੌਤਾ ਤੁਸੀਂ ਕੀਤਾ, ਇਹ ਤਾਂ ਜਿਹਨੂੰ ਕਹਿੰਦੇ ਨੇ ਸਰਾਲ ਵਾਂਗ ਮੂੰਹ ਅੱਡ ਕੇ ਖੜੇ ਨੇ, ਪੰਜਾਬ ਨੂੰ ਨਿਕਲੀ ਜਾ ਰਹੇ ਨੇ। ਮੈਨੂੰ ਦੱਸੋ ਆਪਣੇ ਗੁਰੂ ਦੀ ਬੇਅਦਬੀ ਦਾ ਤਾਂ ਕੁਛ ਨਹੀਂ ਬਣਿਆ ਅਜੇ, ਕੀ ਇਨਸਾਫ ਮਿਲ ਗਿਆ? ਮਾਫ਼ ਕਰਨਾ, ਇਹ ਲੋਕ ਜਦੋਂ ਆਉਂਦੇ ਨੇ ਨਾ, ਤੁਸੀਂ ਕਦੀ ਇਹਨਾਂ ਨੂੰ ਇਹ ਜੋ ਮਰਜ਼ੀ ਕਹਿਣ, ਸ਼ਰਮ ਆਉਂਦੀ ਥੋੜ੍ਹੀ ਜਿਹੀ ਕਹਿਣ ਲੱਗੇ ਕਿ ਇਹ ਕਹਿੰਦੇ ਜ਼ਰੂਰ ਸਿਆਸਤਦਾਨ ਨੇ ਕਿ ਅਸੀਂ ਸਭ ਤੋਂ ਵੱਡੇ ਧਰਮੀ ਹਾਂ, ਅਸੀਂ ਸਹੁੰ ਜਿਹੜੀ ਆ ਧਰਮ ਦੇ ਨਾਂ 'ਤੇ ਚੁੱਕਦੇ ਹਾਂ, ਲੇਕਿਨ ਇਹਨਾਂ ਦਾ ਜਿਹੜਾ ਧਰਮ ਆ ਉਹ ਸਿਰਫ ਸੱਤਾ ਹੀ ਰਹਿੰਦੀ ਹੈ। ਸਰਦਾਰ ਜੀ, ਮੈਂ ਤਾਂ ਕੈਪਟਨ ਸਾਹਿਬ ਨੂੰ ਸਵਾਲ ਪੁੱਛਦਾ, ਬੇਨਤੀ ਕਰਦਾ, ਚਲੋ ਵੱਡੇ ਨੇ, ਹਾਕਮ ਨੇ, ਅਸੀਂ ਕੌਣ ਹੁੰਦੇ? ਸਵਾਲ ਬੜਾ ਸਟੀਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲਿਆਂ 'ਚ CBI ਦੇ ਐਟੀਟਿਊਡ ਨੂੰ ਲੈ ਕੇ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਨ ਗਏ? ਕਦੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਧਰਮ ਆਧਾਰਿਤ ਰਾਜਨੀਤੀ ਕਰਦੇ ਹੋ, ਮੋਦੀ ਜੀ ਮੰਨਣ ਨਾ ਮੰਨਣ ਜੀ, ਮੋਦੀ ਜੀ ਦੀ ਰਾਜਨੀਤੀ ਧਰਮ ਆਧਾਰਿਤ ਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਭਾਵੇਂ ਧਰਮ ਆਧਾਰਿਤ ਨਹੀਂ, ਗੁਟਕਾ ਸਾਹਿਬ ਦੀ ਸਹੁੰ ਚੁੱਕਣ ਬਾਅਦ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਹਰ ਮਾਮਲੇ 'ਚ ਇਨਸਾਫ ਦੇਵਾਂਗੇ ਅਤੇ ਜੇਕਰ ਕੋਈ ਅੜਚਣ ਬਣਦੀ ਆ, ਹਾਡਾ ਲਾ ਕੋਈ ਰਾਹ 'ਚ ਰੋੜਾ ਹੈ ਅਤੇ ਉਹਦੇ ਲਈ ਜੇ ਕੈਪਟਨ ਅਮਰਿੰਦਰ ਸਿੰਘ ਨਰਿੰਦਰ ਮੋਦੀ ਨੂੰ ਮਿਲਾਉਣ ਔਰ ਉਹਨਾਂ ਨੂੰ ਇਹ ਕਹਿੰਦੇ ਕਿ ਇਸ ਖਿੱਤੇ ਦੇ ਬਹੁਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਸਵਾਲ ਆ, ਸੈਂਟਰ ਆਪਣੀ ਇਸ ਏਜੰਸੀ ਨੂੰ ਹੱਥ ਪਿੱਛੇ ਕਰਨ ਲਈ ਕਵੇ ਤਾਂ ਕਿ ਅਸੀਂ ਟਾਈਮ ਬਾਉਂਡ ਕਰਕੇ ਇਸ ਮਾਮਲੇ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਲੈ ਸਕੀਏ? ਮੈਨੂੰ ਦੱਸੋ ਕਿੰਨਾ ਕੁ ਔਖਾ ਸਵਾਲ ਸੀ। ਮਾਫ਼ ਕਰਨਾ, ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਨਮ ਦਿਨ ਸੀ, ਉੱਧਰ ਖਬਰ ਛਪੀ ਕਿ ਨਰਿੰਦਰ ਮੋਦੀ ਹੋਰਾਂ ਨੇ ਕਪਤਾਨ ਸਾਹਿਬ ਨੂੰ ਵਧਾਈ ਦਿੱਤੀ ਬਕਾਇਦਾ ਜੀ। ਜਦੋਂ ਵਧਾਈ ਦਿੱਤੀ ਸੀ ਨਾਲ ਵੀ ਕਹਿ ਦਿੰਦੇ ਕਿ ਤੁਸੀਂ ਸਾਡੇ ਅੰਨਦਾਤਾ ਹੋ ਜੀ, ਦਿੱਲੀ ਦੇ ਮਾਲਕ ਹੋ, ਇਸ ਵੇਲੇ ਕਿਰਪਾ ਕਰੋ ਥੋੜ੍ਹਾ ਜਿਹਾ ਇੱਕ ਆ ਮਸਲਾ ਹੀ ਹੱਲ ਕਰਾ ਦਿਓ, ਮੇਰੇ ਸੂਬੇ ਦੇ ਲੋਕਾਂ ਦੀ ਜਿਹੜੀ ਜਜ਼ਬਾਤਾਂ ਦਾ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ।
ਪੂਰੇ ਵਿਸ਼ਵ ਦੇ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਨਾ, ਕਹਿੰਦੇ ਮੋਦੀ ਸਾਹਿਬ ਤੁਸੀਂ ਵੀ ਉੱਥੇ ਮੱਥਾ ਟੇਕ ਕੇ ਗਏ ਉਸੇ ਦਰਬਾਰ ਸਾਹਿਬ ਦੇ ਵਿੱਚੋਂ, ਉਸੇ ਗੁਰੂ ਦੇ ਸਾਹਮਣੇ ਤੁਸੀਂ ਵੀ ਕਈ ਵਾਰੀ ਸੀਸ ਝੁਕਾਇਆ, ਕਿਰਪਾ ਕਰਕੇ ਉਹਦੀ ਬੇਹਤਰੀ ਦਾ ਇਨਸਾਫ਼ ਹੀ ਦੇ ਦਿਓ ਸਾਨੂੰ ਬਿਹਤਰੀ। ਔਰ ਮੇਰਾ ਖਿਆਲ ਜੇ ਨਹੀਂ ਸੀ ਤੇ ਕੈਬਨਿਟ ਡਿਸਾਈਡ ਕਰਦੀ, ਬਿਲਕੁਲ ਕੈਬਨਿਟ ਦੇ ਵਿੱਚ ਇਹ ਲਿਆਉਂਦੇ ਏਜੰਡੇ ਤੇ ਕਿ ਅਸੀਂ ਫਲਾਣੀ ਡੇਟ ਨੂੰ ਪ੍ਰਧਾਨ ਮੰਤਰੀ ਨੂੰ ਮਿਲਾਂਗੇ ਪੰਜਾਬ ਦੀ ਕੈਬਨਿਟ। ਮੈਂ ਕਿਹਾ ਤੁਸੀਂ ਕੁਛ ਨਾ ਕਰੋ, ਇਹ ਇੱਕ ਵਾਰ ਸਾਰੇ ਵਿਧਾਇਕ ਦਿੱਲੀ ਵੱਲ ਨੂੰ ਮੂੰਹ ਕਰਨ ਕਿ ਅਸੀਂ ਬੇਅਦਬੀ ਦੇ ਮਸਲੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ, ਇਹਨਾਂ ਨੂੰ ਇੱਥੇ ਤੱਕ ਕਿ ਦਿੱਲੀ ਦੇ ਸਿੱਖ ਵੀ ਸਿਰਾਂ 'ਤੇ ਚੁੱਕ ਲੈਣਗੇ, ਕੀ ਗੱਲਾਂ ਇਨਸਾਫ਼ ਲੈਣ ਆਏ ਹੋ ਸਾਡੇ ਲਈ, ਕੀ ਗੱਲਾਂ ਕਰਦੇ ਹੋ, ਦੱਸੋ ਹੋਲੀਆਂ ਗੱਲਾਂ। ਦਿੱਲੀ ਨੂੰ ਵਿਧਾਇਕ ਖੜ ਕੇ ਵਾਪਸ ਨਹੀਂ ਲਿਆਉਣੇ ਮੁੜ ਕੇ, ਉਹ ਵੇਖਿਆ ਜੇ ਮੱਧ ਪ੍ਰਦੇਸ਼ ਦਾ ਹਾਲ, ਦਿੱਲੀ ਗਏ ਨਹੀਂ ਮੁੜਦੇ ਕੈਪਟਨ ਸਾਹਿਬ ਨੇ, ਤੇ ਬੈਰੀਅਰ ਖੜੇ ਕਰਤੇ ਹੋਣੇ ਆ, ਦਿੱਲੀ ਵੱਲ ਮੂੰਹ ਨਹੀਂ ਕਰਨਾ, ਕਰਨਾ ਤੇ ਮੈਂ ਕਰੂੰ ਤੁਸੀਂ ਥੋੜਾ ਕਰਨਾ ਨਹੀਂ। ਚਲੋ ਤੁਸੀਂ ਉਹ ਨਾ ਜਿਹਦਾ ਮਰਜ਼ੀ ਕਰਾਓ ਨਾ ਕਰਾਓ, ਸਾਡਾ ਉਹਨਾਂ ਲੈਣ ਦੇਣ ਕੋਈ ਨਹੀਂ। 3 ਸਾਲ ਬਹੁਤ ਕੁਛ ਪੰਜਾਬ ਨੇ ਜਿਹਨੂੰ ਪੰਜਾਬੀ ਕਹਿੰਦੇ ਕਿ ਬਰਦਾਸ਼ਤ ਦੀ ਕੋਈ ਹੱਦ ਜ਼ਰੂਰ ਟੱਪ ਗਈ, ਲੰਘ ਗਈ ਆ, ਜੇ ਹੱਦ ਖਤਮ, ਜੇ ਪੰਜਾਬੀਆਂ ਦਾ ਜਜ਼ਬਾਤ ਉਸ ਮੁਕਾਮ ਤੱਕ ਪੁੱਜ ਗਏ ਸੀ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਸੂਬੇ 'ਚ ਵੋਟਾਂ ਮਿਲੀਆਂ ਨੇ। ਮੈਨੂੰ ਤੁਸੀਂ ਦੱਸੋ ਕਿ ਜਿਹੜੇ ਹਾਲਾਤ ਸੀ ਜੀ, ਕੈਪਟਨ ਸਾਹਿਬ ਤਾਂ ਕਿਸੇ ਗਿਣਤੀ 'ਚ ਸੀਗੇ ਨਹੀਂ, ਹਾਂ ਪੰਜਾਬ ਦੇ ਵਿੱਚ ਕੈਪਟਨ ਦੀ ਗੌਰਮੈਂਟ ਤਾਂ ਕੋਈ ਕਿਸੇ ਧਿਆਨ 'ਚ ਨਹੀਂ ਸੀ ਨਾ ਆਉਂਦੀ ਨਾ, ਔਰ ਉਦੋਂ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਆਈ, ਹਾਂ ਜਾਂ ਫਿਰ ਸੁਖਬੀਰ ਨੂੰ ਲੱਗਦਾ ਸੀ ਕਿ ਮੇਰੀ ਮੈਨੇਜਮੈਂਟ ਕੰਮ ਕਰੂ, ਸੌਦਾ ਸਾਧ ਦੀਆਂ ਜਿਹੜੀਆਂ 25 ਸਾਲ ਦਾ ਸੁਪਨਾ ਉਹਨਾਂ ਲੱਗਦਾ ਸੀ ਸਾਡਾ ਹੀ ਪੂਰਾ ਹੋਣਾ। ਮੈਂ ਕਿਹਾ ਸੌਦਾ ਸਾਧ ਕੋ ਆਖਰੀ ਦਿਨ ਜਿਹੜਾ ਐਲਾਨ ਕਰਾਇਆ, ਅਨਾਊਂਸਮੈਂਟ ਕਰਾਈ ਸੀ, ਉਹਨਾਂ ਨੂੰ ਲੱਗਦਾ ਸੀ ਕਿ ਬਾਕੀ ਵੋਟਾਂ ਵੰਡੀਆਂ ਜਾਣੀਆਂ ਤੇ ਸਾਧ ਵਾਲੀਆਂ ਵੋਟਾਂ ਪੈਣੀਆਂ, ਇਹ ਜਿਹੜੀ ਫਲੋਟਿੰਗ ਵੋਟ ਆ ਇਹ ਸਾਨੂੰ ਪੈ ਜਾਣੀਆਂ ਤੇ ਅਸੀਂ ਮਤਲਬ ਫਿਰ ਮੁੜ ਕੇ ਵਾਪਸ ਆ ਜਾਣਾ, ਲੇਕਿਨ ਸਾਡਾ 15ਵਾਂ ਸਾਲ ਸ਼ੁਰੂ ਹੋ ਜਾਣਾ। ਲੇਕਿਨ ਗੁਰੂ ਦੀ ਆਪਣੀ ਵੀ ਤਾਕਤ ਹੈ, ਗੁਰੂ ਦੀ ਸੰਗਤ ਦੀ ਵੀ ਤਾਕਤ ਹੈ, ਅਤੇ ਜੋ ਹਸ਼ਰ ਹੋਇਆ ਉਹਨਾਂ ਦਾ ਵੀ, ਅਤੇ ਕਪਤਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਨਸਾਫ ਦੇਣ ਲਈ ਘੱਟੋ ਘੱਟ ਇਮਾਨਦਾਰ ਯਤਨ ਜ਼ਰੂਰ ਦਿਖਾਉਣੇ ਪੈਣਗੇ। ਬਾਬਾ ਸਾਹਿਬ ਉਸ ਪਰਮਾਤਮਾ ਦੀ ਲਾਠੀ ਜਿਹੜੀ ਹੈ ਕਹਿੰਦੇ ਬੇਆਵਾਜ਼ ਹੈ, ਲੇਕਿਨ ਵੱਜਦੀ ਬਹੁਤ ਤਕੜੀ ਹੋ ਕੇ ਟਿਕਾਣੇ ਆ, ਟਿਕਾਣੇ। ਅਗਲੀ ਗੱਲ ਸਰਦਾਰ ਸਾਹਿਬ, ਉੱਥੋਂ ਥੋੜ੍ਹਾ ਗਾਹ ਤੁਰੀਏ, ਅਤੇ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਗੌਰਮੈਂਟ ਦੇ ਵੇਲੇ ਵੀ ਅਮਨ ਕਾਨੂੰਨ ਠੀਕ ਨਹੀਂ ਹੋਇਆ, ਨਹੀਂ ਲੁੱਟਾਂ ਖੋਆਂ ਉਹੀ ਬਦਸਤੂਰ ਜਾਰੀ, ਉਹੀ ਹਾਲਾਤ ਨੇ, ਵੱਧ ਤੋਂ ਬਦਤਰ ਨੇ, ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਬਿਲਕੁਲ ਸਹੀ ਗੱਲ ਹੈ, ਨਸ਼ਾ ਜਿਹੜਾ ਵਾ ਉਹਦੇ ਉੱਤੇ ਬੰਦੇ ਫੜੇ ਜਾਣ ਦੀ ਗਿਣਤੀ ਤਾਂ ਭਾਵੇਂ ਵੱਧ ਗਈ ਹੋਵੇ, ਲੇਕਿਨ ਨਸ਼ੇ ਕਰਨ ਵਾਲੇ ਅਤੇ ਨਸ਼ਿਆਂ ਦਾ ਪਸਾਰਾ, ਉਹਦੀ ਮਿਕਦਾਰ ਨਹੀਂ ਘਟੀ, ਠੀਕ ਹੈ ਜੀ। ਇਸ ਤੋਂ ਇਲਾਵਾ ਸਭ ਤੋਂ ਅਹਿਮ ਸਵਾਲ ਸੀਗਾ ਕਿ ਰਾਜਨੀਤਿਕ ਜਿਹੜੇ ਰੱਸਾਕਸ਼ੀ ਅਤੇ ਵਿਰੋਧ ਹੈ, ਰਾਜਨੀਤਿਕ ਜਿਹੜੀ ਜਿਹਨੂੰ ਕਹਿੰਦੇ ਦਵੈਤ ਦੀ ਭਾਵਨਾ ਕਿ ਇੱਥੇ ਪਰਚਾ ਕਰ ਦਿਉ ਇੱਥੇ ਕਰ ਦਿਉ, ਉਹ ਵੀ ਵਧਿਆ। ਬਿਲਕੁਲ, ਅਤੇ ਉਸ ਤੋਂ ਸਭ ਕੁਝ ਚੱਲਦਾ ਪਿਆ, ਅਤੇ ਉਸ ਤੋਂ ਅਗਲੀ ਗੱਲ ਰੇਤਾ ਬਜਰੀ ਕਾਲਾ ਬਜ਼ਾਰੀ ਸ਼ਰਾਬ ਦੇ ਪੰਗੇ ਉਸੇ ਤਰ੍ਹਾਂ ਦੇ ਪੰਗੇ ਉੱਦਾਂ ਹੀ ਕਾਇਮ ਆ, ਉਸੇ ਤਰ੍ਹਾਂ ਔਰ ਉਹਨਾਂ ਲੋਕਾਂ ਦਾ ਰਾਜ ਕਾਇਮ ਆ ਜਿਹੜੇ ਪਹਿਲਾਂ ਰਾਜ ਕਰਦੇ। ਸਿਰਫ ਇੱਕ ਵਾਰ ਕਪਤਾਨ ਸਾਹਿਬ ਨੇ ਕਿਤੇ ਜਹਾਜ਼ 'ਚ ਲੰਘੇ ਸੀ ਉੱਤੋਂ, ਹਾਂ, ਅਤੇ ਉਹਨਾਂ ਨੂੰ ਥੱਲੇ ਲੱਗਿਆ ਸੀ ਕਿ ਨਜਾਇਜ਼ ਕਿਤੇ ਕਾਰੋਬਾਰ ਹੋ ਰਿਹਾ ਰੇਤਾ ਦਾ, ਮਤਲਬ ਫੋਟੋ ਬੜੀ। ਉਸ ਤੋਂ ਬਾਅਦ ਕਪਤਾਨ ਸਾਹਿਬ ਜਹਾਜ਼ 'ਚ ਤਾਂ ਬੜੀ ਵਾਰੀ ਚੜੇ ਆ ਜੀ, ਲੇਕਿਨ ਉਹਨਾਂ ਦਾ ਜਹਾਜ਼ ਕਿਸੇ ਨਜਾਇਜ਼ ਰੇਤ ਦੇ ਕਾਰੋਬਾਰ ਦੀ ਖਾਣ ਦੇ ਉੱਤੋਂ ਤਾਂ ਨਹੀਂ ਲੰਘਿਆ। ਇਸ ਤੋਂ ਇਲਾਵਾ ਸਰਦਾਰ ਸਾਹਿਬ, ਸਭ ਤੋਂ ਵੱਡੇ ਮਸਲੇ ਜਿਹੜੇ ਆ ਉਹ ਸੀਗੇ ਕਿ ਪੰਜਾਬ ਦੇ ਬੱਚੇ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ। ਬਿਲਕੁਲ ਠੀਕ, ਜੇ ਰੁਜ਼ਗਾਰ ਮਿਲਿਆ ਤਾਂ ਹਣ ਦਾ ਨਹੀਂ ਮਿਲਿਆ, ਕਿਸੇ ਨੂੰ 10,000 ਵਾਲੀ ਨੌਕਰੀ, ਕਿਸੇ ਨੂੰ 15 ਵਾਲੀ, ਉਹ ਵੀ ਪ੍ਰਾਈਵੇਟ ਉਦਮੀਆਂ ਨੇ ਦਿੱਤੀ, ਸਰਕਾਰ ਨੇ ਆਪਣੇ ਖਾਤੇ 'ਚ ਪਵਾਈਆਂ। ਬਿਲਕੁਲ, ਦੇਖੋ ਜਦੋਂ ਬਾਦਲ ਕੇ ਦੋਸ਼ ਲਾਉਂਦੇ ਆ ਉਹਨਾਂ ਨੂੰ ਸਿਆਸੀ ਕਹਿ ਦਿੰਦੇ ਆ, ਹਾਂ, ਲੇਕਿਨ ਸੱਚ ਆ ਕਿ ਜਿੰਨੇ ਸਕਿੱਲ ਡਿਵੈਲਪਮੈਂਟ ਦੇ ਅੰਡਰ ਕੰਮ ਹੋ ਰਹੇ ਜੀ, ਉਹਨਾਂ 'ਚ ਪੈਸਾ ਬਹੁਤ ਹੀ ਥਾਈਂ ਸੈਂਟਰ ਦਾ ਲੱਗਦਾ, ਔਰ ਜਿਹੜੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਭਰਮ ਪਾਲਿਆ ਜਾ ਰਿਹਾ ਉਹ ਫਾਰ ਦਾ ਟਾਈਮ ਬੀਇੰਗ ਲੋਕ ਤਸੱਲੀ ਤਾਂ ਕਰ ਲੈਣਗੇ, ਲੇਕਿਨ ਇਨ ਦਾ ਲੌਂਗ ਰਨ ਬੱਚੇ ਜਿਹੜੇ ਆ ਉਹ ਕਿਸੇ ਸਥਾਈ ਰੁਜ਼ਗਾਰ ਲਈ ਵਿਦੇਸ਼ ਵੱਲ ਵੇਖਦੇ ਆ। ਬਿਲਕੁਲ, ਉਹ ਦੇਖੋ ਉਹਨਾਂ ਦੇ ਅੰਕੜੇ ਜ਼ਾਹਰ ਨਹੀਂ ਕਰਦੇ ਜੀ, ਵਿੱਤ ਮੰਤਰੀ ਜਿਹੜੇ ਨੇ ਬੜੇ ਸਿਆਣੇ ਨੇ ਆਪਣੇ, ਪਰ ਕਹਿੰਦੇ ਨੇ ਪੰਜਾਬੀ ਕਹਿੰਦੇ ਆਪਣੇ ਘਰ ਨੂੰ ਸਿਆਣੇ ਨੇ ਜੀ, ਉਹਨਾਂ ਨੇ ਇਹ ਬਜਟ ਸੈਸ਼ਨ ਦੇ ਵਿੱਚ ਇਹ ਨਹੀਂ ਦੱਸਿਆ ਕਿ ਪਿਛਲੇ 3 ਸਾਲ ਦੌਰਾਨ ਪੰਜਾਬ ਦਾ ਕਿੰਨਾ ਨੌਜਵਾਨ ਬਾਹਰ ਚਲੇ ਗਿਆ, ਔਰ ਉਹਦੇ ਉਹ ਆਪਣੇ ਨਾਲ ਕਿੰਨੇ ਕਰੋੜਾਂ ਜਾਂ ਅਰਬਾਂ ਰੁਪਏ ਜਿਹੜੇ ਆ ਉਹ ਇਸ ਆਰਥਿਕਤਾ ਦੇ ਲੈ ਗਿਆ, ਉਹਦੇ ਬਾਰੇ ਨਹੀਂ ਕਿਸੇ ਨੇ ਜ਼ਬਾਨ ਖੋਲ੍ਹੀ ਅਜੇ ਤੱਕ ਜੀ। ਔਰ ਆਖਰ ਉਹ ਜਿਹੜਾ ਪੈਸਾ ਗਿਆ ਆ ਉਹ ਤੁਹਾਡੇ ਸਰਕੂਲੇਸ਼ਨ 'ਚੋਂ ਪੈਸਾ ਗਿਆ ਨਾ, ਕੁਦਰਤੀ ਉਹ ਪੈਸਾ ਜਿਹੜਾ ਜੀ ਪੰਜਾਬ ਦਾ ਸੀ,
ਪੰਜਾਬ ਦਾ ਪੈਸਾ ਸੀ, ਪੰਜਾਬ ਦੇ ਵਿਕਾਸ ਵੀ ਰਹਿੰਦਾ ਤੇ ਬੈਂਕਾਂ 'ਚ ਵਾਪਸ ਵਰਤੇ ਜਾਣਾ ਸੀ ਕਿਤੇ ਨਾ ਕਿਤੇ। ਸਰਦਾਰ ਜੀ ਬੜੀ ਕਾਮਨ ਜੀ ਆਰਥਿਕਤਾ ਦੀ ਗੇਮ ਹੁੰਦੀ ਹੈ ਕਿ ਸਾਈਕਲ ਹੁੰਦਾ ਹੈ, ਪੈਸਾ ਤੇ ਉਹ ਮਾਰਕੀਟ 'ਚ ਘੁੰਮਦਾ, ਬਿਲਕੁਲ, ਤੇ ਜਦੋਂ ਮਾਰਕੀਟ ਕੈਪ 'ਚੋਂ ਨਿਕਲ ਜਾਂਦਾ ਤਾਂ ਫਿਰ ਉਹ ਤੁਹਾਡਾ ਨਹੀਂ ਰਹਿੰਦਾ, ਬਿਲਕੁਲ ਸਹੀ ਗੱਲ ਹੈ। ਸੋ ਇਸ ਵੇਲੇ ਜਿਹੜੀ ਕੈਪਟਨ ਸਾਹਿਬ ਦੀ ਤੀਜੀ ਸਾਲਗਿਰਾ, 16 ਤਰੀਕ ਨੂੰ ਸ਼ਾਇਦ ਉਹਨਾਂ ਸਹੁੰ ਚੁੱਕੀ ਸੀ ਉਦੋਂ, ਬਸ ਜਸ਼ਨ ਸ਼ੁਰੂ ਹੋ ਗਏ ਹੋਣੇ ਆ। ਹਾਂ, ਮੇਰੇ ਖਿਆਲ ਡਿਨਰ ਡੁਨਰ ਦੇਣ ਡੇ ਪਏ ਹੋਣੇ ਕਿ ਨਹੀਂ, ਤੁਹਾਡਾ ਤਾਂ ਪਤਾ ਰਹਿੰਦਾ। ਹਾਂਜੀ, ਡਿਨਰ ਵੀ ਦੇਣ ਲੱਗ ਪਏ ਹੋਣੇ ਕਿ ਨਹੀਂ ਕਦੇ, ਜੋ ਮਰਜ਼ੀ ਦੇ ਦੇਣ, ਪਰ ਮੈਨੂੰ ਇੱਕ ਸ਼ੰਕਾ ਹੈਗੀ ਜੇ ਵੀ ਸ਼ਾਇਦ ਇਸ ਵਾਰੀ ਕੋਈ ਵੱਡਾ ਇਕੱਠ ਨਾ ਕਰਨ, ਕਰੋਨਾ ਵਾਇਰਸ ਦਾ ਬੜਾ, ਕਰੋਨਾ ਵਾਇਰਸ ਕਰਕੇ, ਕਰੋਨਾ ਵਾਇਰਸ ਦਾ ਅਸਰ ਤੇ ਸੁਖਬੀਰ ਬਾਦਲ ਨੇ ਕਿ ਜਿਹੜੀਆਂ ਲੋਕਲ ਮੀਟਿੰਗਾਂ ਸੀ ਜ਼ਿਲ੍ਹਾ ਜਥੇਦਾਰ ਦੀਆਂ, ਕਰੋਨਾ ਵਾਇਰਸ ਦਾ ਅਸਰ ਆ ਜਾਂ ਕੁਛ ਹੋਰ ਆ। ਮੈਨੂੰ ਤਾਂ ਕਈ ਵਾਰੀ ਸ਼ੰਕਾ ਵੀ ਹੁੰਦੀ ਹੈ ਕਿ ਪੰਜਾਬੀ ਦੀ ਕਹਾਵਤ ਹੈ ਵੀ ਕੋਈ ਮਾਵਾਂ ਨੂੰ ਰੋਂਦਾ ਅਤੇ ਕੋਈ ਮਾਸੀਆਂ ਨੂੰ ਰੋਂਦਾ ਫਿਰਦਾ। ਅੱਛਾ, ਇਹ ਹੁਣ ਕਿਹੜੀ ਭਾਰ ਬਜ਼ਾਰਤ ਲੱਗੇ ਪਾਉਣ? ਬਜ਼ਾਰਤ ਕੋਈ ਨਹੀਂ, ਜਦੋਂ ਹਰ ਜ਼ਿਲ੍ਹੇ 'ਚ ਬਗਾਵਤ ਹੈ, ਹਰ ਜਿਹੜਾ ਦੂਜੀ ਕਤਾਰ ਦਾ ਲੀਡਰ ਆ ਉਹ ਕਹਿੰਦਾ ਵੀ ਮੈਨੂੰ ਤਾਂ ਕਦੇ ਕਿਸੇ ਨੇ ਕਿਸੇ ਪੁੱਛਿਆ ਨਹੀਂ, ਮੈਨੂੰ ਤਾਂ ਕੋਈ ਜਾਣਦਾ ਨਹੀਂ, ਮੈਂ ਹੱਥ ਵੱਲ ਵੀ ਆਉਂਦੇ ਰੌਲਾ ਪੈ ਗਿਆ ਵੀ ਮੈਂ ਘਰ ਬੈਠਾ ਹਾਂ, ਠੀਕ ਹੈ, ਅਤੇ ਕਦੀ ਅੰਮ੍ਰਿਤਸਰ ਉਬਲਿਆ ਹੁੰਦਾ, ਕਦੀ ਜਲੰਧਰ ਉਬਲਿਆ ਹੁੰਦਾ, ਕਦੀ ਮਾਲਵਾ ਉਬਲਿਆ ਹੁੰਦਾ, ਅਤੇ ਫਿਰ ਅਗਲੇ ਕਹਿੰਦੇ ਚਲੋ ਕਰੋਨਾ ਵਾਇਰਸ ਦਾ ਸਹਾਰਾ ਤਾਂ ਹੈ ਹੀ ਹੈ ਨਾ, ਚਲੋ ਨਾਲੇ ਦੇਖੋ ਮੀਟਿੰਗਾਂ ਕਰਨ 'ਚ ਟਾਈਮ ਵੇਸਟ ਕਿਉਂ ਕਰਨਾ, ਹਾਂ ਘਰੋਂ ਘਰ ਹੀ ਮਿਲ ਆਉਂਦੇ ਹਾਂ, ਘਰੋਂ ਘਰ ਹੀ ਮਿਲ ਆਵਾਂਗੇ। ਸੋ ਇਹ ਹਾਂ 1920 ਵਾਲੇ ਅਕਾਲੀ ਦਲ ਦੇ ਰਵਿੰਦਰ ਸਿੰਘ ਵਾਲਾ ਜਿਹੜਾ ਹੈਗਾ, ਉਹਨਾਂ ਨੇ ਵੀ ਆਪਣੀ ਜਿਹੜੀ 22 ਤਰੀਕ ਵਾਲੀ ਕੁਰਾਲੀ ਦੀ ਕਾਨਫਰੰਸ ਸੀ, ਗੱਲ ਇਹ ਉਹਨੂੰ ਕਰੋਨਾ ਵਾਇਰਸ ਕਰਕੇ ਰੱਦ ਕਰਤਾ। ਸਾਹਿਬ ਜਿੱਥੋਂ ਤੱਕ ਪਰਹੇਜ਼ ਦਾ ਸਵਾਲ ਹੈ, ਜਿੱਥੋਂ ਤੱਕ ਅਗਾਊਂ ਪ੍ਰਬੰਧ ਕਰਨ ਦਾ ਸਵਾਲ ਆ ਜਾਂ ਕਿਸੇ ਚੀਜ਼ ਤੋਂ ਬਚਣ ਦਾ ਸਵਾਲ ਆ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਜੀ, ਉਹਨਾਂ ਨੇ ਕਹਿਤਾ, ਐਲਾਨ ਕਰਤਾ ਕਿ ਅਸੀਂ ਕਰੋਨਾ ਵਾਇਰਸ ਦੇ ਕਰਕੇ ਐਤਵਾਰ ਅਤੇ ਸ਼ਨੀਵਾਰ ਗੁਰਦੁਆਰਾ ਸਾਹਿਬ ਨਹੀਂ ਖੋਲ੍ਹਾਂਗੇ ਕਿਉਂਕਿ ਸੰਗਤ ਦਾ ਇਕੱਠ ਹੁੰਦਾ, ਅਸੀਂ ਇਕੱਠ ਬਹੁਤਾ ਨਹੀਂ ਕਰਾਂਗੇ। ਦੇਖੋ ਜੀ, ਆਪਣਾ ਭਾਰਤ ਨੇ ਵੀ ਸੈਲਾਨੀ ਵੀਜ਼ੇ ਰੱਦ ਕਰਤੇ ਆ 14 ਅਪ੍ਰੈਲ ਤੱਕ। ਬਿਲਕੁਲ, ਦੇਖੋ ਉਹ ਤਾਂ ਇੱਕ ਹੈ, ਇੱਕ ਸਵਾਲ ਦੇਖਣਾ ਜਿਹੜਾ ਹੁਣ ਦੇਖਣਾ ਬਣਦਾ ਕਿ ਜਿਹੜਾ ਅੱਜ ਅਕਾਲੀ ਦਲ ਦਾ ਬਿਆਨ ਜਿਹੜਾ ਉਹਨਾਂ ਦੀ ਫੇਸਬੁੱਕ 'ਤੇ ਹੈ ਕਿ 13 ਅਪ੍ਰੈਲ ਤੱਕ ਉਹ ਵੇਖਣਗੇ ਕਿ 13 ਅਪ੍ਰੈਲ ਤੱਕ ਸਭ ਠੀਕ ਹੁੰਦਾ ਕਿ ਨਹੀਂ, ਸਭ ਠੀਕ ਹੁੰਦਾ ਜਾਂ ਨਹੀਂ। ਲੇਕਿਨ ਦੂਸਰੇ ਪਾਸੇ ਇੱਕ ਤਲਖ ਸੱਚ ਦੇਖੋ ਤੁਸੀਂ ਕਿ ਜੋ ਹੋਲੇ ਮਹੱਲੇ ਆਨੰਦਪੁਰ ਸਾਹਿਬ ਇਕੱਠ ਹੋਇਆ ਜੀ, ਕੀ ਉਹ ਸੰਗਤੀ ਇਕੱਠ ਕਿਸੇ ਮਾੜੇ ਮੋਟੇ ਇਕੱਠ ਨਾਲੋਂ ਛੋਟਾ ਸੀ? ਬਹੁਤ ਵੱਡਾ ਸੀ। ਉੱਥੇ ਕਿਸੇ ਨੇ ਗੁਰੂ, ਲੋਕਾਂ ਨੇ ਗੁਰੂ ਦੀ ਭੈ ਭਾਵ ਨਹੀਂ ਮੰਨੀ ਹੈ, ਕਿਸੇ ਸਰਕਾਰ ਦਾ ਹੁਕਮ ਨਹੀਂ ਮੰਨਿਆ ਤੇ ਕਿਸੇ ਕਰੋਨਾ ਵਾਇਰਸ ਦਾ ਡਰ ਭੋ ਨਹੀਂ ਮੰਨਿਆ। ਦੇਖੋ ਚਲੋ, ਇਹ ਸਰਦਾਰ ਸਾਹਿਬ ਕੁਝ ਐਸੇ ਮਸਲੇ ਆ ਜਿਨ੍ਹਾਂ ਦੇ ਉੱਤੇ ਜ਼ਿਆਦਾ ਬੋਲਣਾ ਨਹੀਂ ਚੰਗਾ, ਜ਼ਿਆਦਾ ਚੁੱਪ ਵੀ ਨਹੀਂ ਚੰਗੀ, ਪਰ ਇਹ ਸੱਚ ਇਹੀ ਹੈ ਕਿ ਜਿਹੜਾ ਇਹ ਦੁਨੀਆ ਭਰ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਰਿਹਾ, ਬਿਲਕੁਲ, ਇਹ ਉਦਣ ਤੋਂ ਬਣਨਾ ਸ਼ੁਰੂ ਹੋਇਆ ਜਿੱਦਣ ਤੋਂ ਸ਼ੇਅਰ ਬਾਜ਼ਾਰ ਲੁੜ ਕੇ ਆ, ਬਿਲਕੁਲ, ਅਦਰਵਾਈਜ਼ ਸਭ ਠੀਕ ਸੀ। ਅੱਜ ਸਵੇਰੇ ਭਾਰਤੀ ਸਮੇਂ ਦੇ ਸਾਡੇ ਵਾਲੇ ਪਾਸੇ 12 ਦੇ ਤੇ ਉਹਨਾਂ ਦੀ 11 ਦੀ ਸ਼ਾਮ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਭਾਸ਼ਣ ਦੇ ਰਿਹਾ ਸੀ, ਕਿਉਂਕਿ ਇੱਕ ਦਿਨ ਪਹਿਲਾਂ ਉਹਨਾਂ ਦੀ ਸ਼ੇਅਰ ਮਾਰਕੀਟ ਧੜਾਮ ਡਿੱਗ ਪਈ ਸੀ। ਹਾਂ, 3 ਦਿਨ ਪਹਿਲਾਂ ਉਹਦਾ ਬਿਆਨ ਸੀ ਕਿ ਅਫਵਾਹਾਂ ਨੇ, ਕੱਖ ਨਹੀਂ ਹੋਣ ਡਿਆ, ਇਹ ਕਰੋਨਾ ਵਾਇਰਸ ਕੀ ਹੁੰਦਾ। ਦੇਖੋ, ਲੇਕਿਨ ਅੱਜ ਉਹ ਬੰਦਾ ਐਲਾਨ ਕਰ ਰਿਹਾ ਕਿ ਇਹ ਬਹੁਤ ਵੱਡੀ ਆਫਤ ਹੈ ਤੇ ਅਸੀਂ ਜਿਹੜੇ ਯੂਰਪ ਤੋਂ ਆਉਣ ਵਾਲੇ ਵੀ ਲੋਕ ਆ ਉਹਨਾਂ ਨੂੰ ਵੀ ਇੱਥੇ ਐਂਟਰੀ ਨਹੀਂ ਦੇਵਾਂਗੇ। ਮਤਲਬ ਜਿਹੜੇ ਭਾਰਤੀ ਜਾਂ ਬਾਕੀ ਲੋਕ ਸੀ ਅਮਰੀਕਾ ਜਾਣ ਵਾਲੇ, ਜਿਹੜੇ ਵਾਇਆ ਚੀਨ ਜਾ ਰਹੇ ਸੀ ਉਹ ਫਲਾਈਟਸ ਤਾਂ ਪਹਿਲਾਂ ਗਈਆਂ, ਤੇ ਜਿਹੜੇ ਵਾਇਆ ਯੂਰਪ ਜਾਣੇ ਸੀ ਉਹ ਵੀ ਖਤਮ। ਸੋਸ਼ਲ ਮੀਡੀਆ ਤੇ ਲੋਕਾਂ ਨੇ ਮਿਹੜੇ ਮਾਰੇ ਆ, ਕਹਿੰਦੇ ਕਿੱਥੇ ਉਹ ਵੱਡੀਆਂ ਤਾਕਤਾਂ, ਸੰਸਾਰ ਦੀ ਵੱਡੀ ਤਾਕਤ ਉਹ ਕਿੱਥੋਂ, ਉਹ ਇਹ ਕਿੰਨੇ ਜੇ ਕਰੋਨਾ ਵਾਇਰਸ ਤੋਂ ਲੁਕਦੇ ਫਿਰਦੇ ਹੋ, ਨਿਕਲੋ ਬਾਹਰ, ਹੁਣ ਉੱਦਾਂ ਦੇ ਤੁਹਾਡੇ ਕੋਲ ਪ੍ਰਮਾਣੂ ਆ, ਤੁਸੀਂ ਮਾੜੇ ਗਰੀਬ ਮੁਲਕ ਨੂੰ ਤੇ ਤੁਸੀਂ ਦਬਾਉਣ ਤੁਰ ਪੈਂਦੇ ਜੇ। ਤੇ ਸਰਦਾਰ ਜੀ, ਇਹ ਕਿਸੇ ਪ੍ਰਮਾਣੂ ਤੋਂ ਘੱਟ ਹੈ। ਹੁਣ ਮੰਨ ਲਓ ਵੀ ਕਹਿੰਦੇ ਸੀ ਜੈਵਿਕ ਹਮਲੇ ਹੋਇਆ ਕਰਨਗੇ, ਹਾਂ ਇਹ ਸੁਣੀਦਾ ਸੀ ਨਾ, ਇਹ ਤਾਂ ਜੈਵਿਕ ਕੀ, ਇਹ ਕੀ ਆ ਫਿਰ, ਇਹ ਮਤਲਬ ਕਿਸੇ, ਇਹ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਇਹ ਕਿਸੇ ਦਾ ਪਲੈਨਡ ਆ, ਲੇਕਿਨ ਇਹ ਜੈਵਿਕ ਹਮਲੇ ਤੋਂ ਘੱਟ ਹੈ, ਲੇਕਿਨ ਕਿ ਸਾਰੀ ਦੁਨੀਆ ਦੇ 126 ਦੇਸ਼ਾਂ 'ਚ ਫੈਲੀ ਜਾਂਦਾ। ਬਿਲਕੁਲ। ਸੋ ਦੋਸਤੋ, ਗੱਲ ਇਹ ਆ ਕਿ ਮੌਤ ਤਾਂ ਇੱਕ ਜਾਣਿਆ ਪਛਾਣਿਆ ਤੱਤ ਆ, ਹਾਂ ਠੀਕ ਹੈ ਜੀ, ਅਸੀਂ ਕਿਸੇ ਦੇ ਆਖਰੀ ਮੌਕੇ 'ਤੇ ਉਹਦੀ ਅਰਥੀ ਦੇ ਨਾਲ ਤੁਰਦਿਆਂ ਇਹ ਭੁੱਲ ਜਾਂਦੇ ਹਾਂ ਕਿ ਇਹਨਾਂ 4 ਮੋਢੇ ਸਾਨੂੰ ਵੀ ਕਿਸੇ ਦਿਨ ਮਿਲਣੇ। ਔਰ ਦੇਖੋ ਅਸੀਂ ਜੀ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ 550 ਸਾਲਾਂ ਮਨਾ ਰਹੇ ਜੀ, ਉਹਦਾ ਇੱਕ ਸਾਫ ਹੁਕਮ ਹੈ, ਹਮ ਆਦਮੀ ਹਾਂ ਇੱਕਦਮ, ਵੀ ਦਮ ਆ ਗਿਆ ਤਾਂ ਠੀਕ ਹੈ,
जे नहीं है तो फिर संसार मिट्टी खत्म है, शरीर मिट्टी है। लेकिन असी अज भी कब्जे की भावना नाल दावा करी जाने कि मैं तो मैं हाँ, बिल्कुल और मैं तो मैं तक के सफर च साडे पॉलिटिशियंस ने, अफसर शाह ने, बिजनेस व्यापारियां घराणियां ने जी, और जिथे भी कहिंदे डाढ़िया ने, हाँ जिन्ना भी कर सकते सी कीता है, किसी ने यह नहीं सोचा भी सिकंदर भी नहीं रहा, पोरस भी नहीं रहा, बिल्कुल अकबर भी नहीं रहा जी, ते रही इंदिरा बीबी भी नहीं जी, ते रहना असीं भी नहीं, बिल्कुल। बहुत मेहरबानी, बहुत धन्यवाद।